ਪੰਜਾਬ ਦੇ ਕਿਸਾਨਾਂ ਨੇ ਖੇਤੀ ਵਿੱਚ ਬਹੁਤ ਮੱਲਾਂ ਮਾਰੀਆਂ ਨੇ। ਜਿਸ ਪਾਸੇ ਵੱਲ ਮੂੰਹ ਮੋੜਿਆ ਕਿਸੇ ਨਾ ਕਿਸੇ ਕ੍ਰਾਂਤੀ ਨੂੰ ਜਨਮ ਦਿੱਤਾ, ਭਾਵੇਂ ਹਰੀ ਕ੍ਰਾਂਤੀ ਹੋਵੇ ਭਾਵੇਂ ਸਫੈਦ ਕ੍ਰਾਂਤੀ। ਅਤੇ ਇਸੇ ਤਰ੍ਹਾਂ ਹੁਣ ਦੂਜੀ ਹਰੀ ਕ੍ਰਾਂਤੀ ਕਿਸਾਨਾਂ ਨੂੰ ਆਪਣੇ ਉਤਪਾਦਾਂ ਦੀ ਪ੍ਰੋਸੈਸਿੰਗ ਕਰਵਾ ਕੇ ਉਹਨਾਂ ਨੂੰ ਵੈਲਿਊ ਐਡੀਸ਼ਨ ਕਰਨ ਵੱਲ ਉਤਸ਼ਾਹਿਤ ਕਰ ਰਹੀ ਹੈ। ਇਸੇ ਦਿਸ਼ਾ ਵਿੱਚ ਕੰਮ ਕਰ ਰਹੇ ਨੇ ਬਚਿੱਤਰ ਸਿੰਘ ਗਰਚਾ, ਪਿੰਡ ਦੇ ਕਲਾਂ, ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ। ਬਚਿੱਤਰ ਸਿੰਘ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਵਾਲਾ ਅਤੇ ਮਿੱਠ ਬੋਲੜੇ ਸੁਭਾਅ ਦਾ ਮਾਲਕ ਹੈ। ਗਰਚਾ ਪਹਿਲਾਂ ਲੁਧਿਆਣਾ ਦੇ ਵਸਨੀਕ ਸਨ। ਉਹਨਾਂ ਦੀ ਜ਼ਮੀਨ ਨੂੰ ਸਰਕਾਰ ਵੱਲੋਂ ਐਕੁਆਇਰ ਕਰ ਲੈਣ ਤੋਂ ਬਾਅਦ 1979 ਵਿੱਚ ਪਿੰਡ ਦੇ ਕਲਾਂ ਵਿਖੇ ਉੱਚੇ ਨੀਵੇਂ ਟਿੱਬਿਆਂ ਵਾਲੀ ਜ਼ਮੀਨ ਖਰੀਦ ਕੇ ਉਸ ਜ਼ਮੀਨ ਨੂੰ ਆਪਣੀ ਮਿਹਨਤ, ਸੂਝਬੂਝ ਅਤੇ ਖੇਤੀਬਾੜੀ ਯੂਨੀਵਰਸਿਟੀ ਤੋਂ ਯੋਗ ਅਗਵਾਈ ਲੈ ਕੇ ਹਰਿਆਂ ਭਰਿਆਂ ਕੀਤਾ। ਇਸ ਜ਼ਮੀਨ ਵਿੱਚ ਉਹਨਾਂ ਨੇ ਕਿੰਨੂ ਅਤੇ ਬੇਰਾਂ ਦੇ ਬਾਗ ਲਗਾਏ, ਪਰ ਇਹ ਬਾਗ ਜ਼ਮੀਨੀ ਸਮੱਸਿਆ ਅਤੇ ਮੌਸਮ ਦੀ ਪ੍ਰਤੀਕੂਲਤਾ ਕਾਰਨ ਸਫਲ ਨਹੀਂ ਹੋ ਸਕੇ। ਪਰ ਇਸ ਕਿਸਾਨ ਨੇ ਹੌਸਲਾ ਨਹੀਂ ਛੱਡਿਆ ਅਤੇ ਉਹਨਾਂ ਨੇ ਆਪਣੇ ਖੇਤਾਂ ਵਿੱਚ ਆਲੂ ਅਤੇ ਸਬਜ਼ੀਆਂ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਇਹ ਸਬਜ਼ੀਆਂ ਉਹ ਸੰਗਰੂਰ ਦੀਆਂ ਮੰਡੀਆਂ ਵਿੱਚ ਖੁਦ ਵੇਚਦੇ, ਪਰ ਆਲੂ ਅਤੇ ਸਬਜ਼ੀਆਂ ਦੀ ਖੇਤੀ ਵਿੱਚੋਂ ਵੀ ਉਹਨਾਂ ਨੇ ਕਾਫੀ ਮੁਨਾਫਾ ਖੱਟਣ ਤੋਂ ਬਾਅਦ ਮਾਨ ਸਨਮਾਨ ਪ੍ਰਾਪਤ ਕੀਤੇ। ਪਰ 2003 ਵਿੱਚ ਆਲੂਆਂ ਦੇ ਭਾਅ ਵਿੱਚ ਅਚਾਨਕ ਆਈ ਗਿਰਾਵਟ ਕਾਰਨ ਉਹਨਾਂ ਨੂੰ ਕਾਫੀ ਘਾਟੇ ਦਾ ਸਾਹਮਣਾ ਕਰਨਾ ਪਿਆ, ਉਹਨਾਂ ਨੂੰ ਘਰੋਂ ਬੇਘਰ ਹੋਣਾ ਪਿਆ। ਪਰ ਗਰਚਾ ਨੇ ਆਪਣੇ ਹੌਸਲਿਆਂ ਨੂੰ ਅਸਤ ਨਹੀਂ ਹੋਣ ਦਿੱਤਾ, ਸਗੋਂ ਆਤਮ ਵਿਸ਼ਵਾਸ ਸਦਕਾ ਨਵੇਂ ਕਿੱਤੇ ਨੂੰ ਹੱਥ ਪਾਇਆ। ਉਹਨਾਂ ਨੇ ਸੋਇਆਬੀਨ ਤੋਂ ਨਵੇਂ ਉਤਪਾਦ ਬਣਾਉਣ ਦਾ ਕੰਮ ਸ਼ੁਰੂ ਕੀਤਾ। ਪ੍ਰੋਸੈਸਡ ਸੋਇਆ ਫੂਡ ਤਿਆਰ ਕਰਨ ਦੀ ਟ੍ਰੇਨਿੰਗ ਉਹਨਾਂ ਨੇ ਜੂਨ 2003 ਵਿੱਚ ਕੇਂਦਰੀ ਇੰਜੀਨੀਅਰਿੰਗ ਸੰਸਥਾ ਭੋਪਾਲ ਤੋਂ ਪ੍ਰਾਪਤ ਕੀਤੀ। ਸੋਇਆ ਫੂਡ ਉਸ ਸਮੇਂ ਅਸਲੋਂ ਨਵੇਂ ਉਤਪਾਦ ਸਨ, ਜਿਨ੍ਹਾਂ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਬਿਲਕੁਲ ਵੀ ਨਹੀਂ ਸੀ। ਪਰ ਬਚਿੱਤਰ ਸਿੰਘ ਨੂੰ ਇਹ ਵਿਸ਼ਵਾਸ ਸੀ ਕਿ ਸੋਇਆ ਫੂਡ ਆਉਣ ਵਾਲੇ ਸਮੇਂ ਵਿੱਚ ਕਾਫੀ ਪ੍ਰਸਿੱਧੀ ਪ੍ਰਾਪਤ ਕਰੇਗਾ। ਉਹਨਾਂ ਅਨੁਸਾਰ ਇਹ ਵਪਾਰ ਕਾਫੀ ਸੱਚਾ ਸੁੱਚਾ ਵੀ ਹੋ ਸਕਦਾ ਸੀ। ਉਹਨਾਂ ਨੇ ਦੁੱਧ ਪਨੀਰ ਤਿਆਰ ਤਾਂ ਕਰ ਲਿਆ, ਪਰ ਕੁਝ ਕਮੀਆਂ ਰਹਿਣ ਕਾਰਨ ਸੋਇਆ ਦੁੱਧ ਦੀ ਕੁਆਲਿਟੀ ਅਤੇ ਮਿਆਦ ਵੱਧ ਨਾ ਸਕੀ। ਉਹਨਾਂ ਨੇ ਇਸ ਸਮੱਸਿਆ ਸੰਬੰਧੀ ਭੋਪਾਲ ਵਿਖੇ ਉਸ ਸੰਸਥਾ ਦੇ ਅਧਿਕਾਰੀਆਂ ਨਾਲ ਫੋਨ 'ਤੇ ਗੱਲਬਾਤ ਕੀਤੀ, ਜਿੱਥੋਂ ਕਿ ਉਹਨਾਂ ਨੇ ਟ੍ਰੇਨਿੰਗ ਹਾਸਲ ਕੀਤੀ ਸੀ। ਭੋਪਾਲ ਦੀ ਸੰਸਥਾ ਨੇ ਆਪਣਾ ਇੱਕ ਕਰਮਚਾਰੀ ਭੇਜਿਆ, ਜਿਸ ਦਾ ਅੱਧਾ ਖਰਚਾ ਸੰਸਥਾ ਅਤੇ ਅੱਧਾ ਖਰਚਾ ਬਚਿੱਤਰ ਸਿੰਘ ਗਰਚਾ ਨੂੰ ਚੁੱਕਣਾ ਪਿਆ। ਇਸ ਕਰਮਚਾਰੀ ਨੇ ਆ ਕੇ ਇਸ ਧੰਦੇ ਵਿੱਚ ਕੁਆਲਿਟੀ ਪੱਖੋਂ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕੀਤਾ ਅਤੇ ਹੋਰ ਸੋਇਆ ਉਤਪਾਦ ਬਣਾਉਣੇ ਵੀ ਸਿਖਾਏ। ਲੋਕਾਂ ਵਿੱਚ ਸੋਇਆ ਉਤਪਾਦਕਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਉਹਨਾਂ ਨੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਅਤੇ ਖਿਡਾਰੀਆਂ ਤੱਕ ਪਹੁੰਚ ਕੀਤੀ। ਉਹਨਾਂ ਦੀ ਮਿਹਨਤ ਸਦਕਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਨੇ ਰੈੱਡ ਕ੍ਰਾਸ ਵੱਲੋਂ ਚਲਾਈ ਜਾ ਰਹੀ ਦੁਕਾਨ 'ਤੇ ਉਹਨਾਂ ਨੂੰ ਆਪਣੇ ਸੋਇਆ ਉਤਪਾਦ ਵੇਚਣ ਲਈ ਜਗ੍ਹਾ ਮੁਹੱਈਆ ਕਰਵਾਈ। ਇੱਕ ਵਾਰ ਡਾਕਟਰ ਸਵਾਮੀਨਾਥਨ ਜਦੋਂ ਪੰਜਾਬ ਦੇ ਦੌਰੇ 'ਤੇ ਆਏ ਤਾਂ ਉਹਨਾਂ ਨੇ ਗਰਚਾ ਦੇ ਸੋਇਆ ਪਲਾਂਟ ਦਾ ਦੌਰਾ ਵੀ ਕੀਤਾ। ਉਹਨਾਂ ਨੂੰ ਗਰਚਾ ਦੀ ਮਿਹਨਤ ਦੇਖ ਕੇ ਕਾਫੀ ਖੁਸ਼ੀ ਹੋਈ ਅਤੇ ਉਹਨਾਂ ਨੇ ਉਸ ਨੂੰ ਧੰਦੇ ਵਿੱਚ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਅਮਰੀਕਨ ਸੋਇਆਬੀਨ ਐਸੋਸੀਏਸ਼ਨ ਦੇ ਸਹਿਯੋਗ ਨਾਲ ਹੋਲੈਂਡ ਤੋਂ ਇੱਕ ਕਰਮਚਾਰੀ ਨੂੰ ਉਹਨਾਂ ਦੀ ਸਹਾਇਤਾ ਲਈ ਬੁਲਾਇਆ, ਜਿਸ ਨੇ ਉਹਨਾਂ ਨੂੰ ਸੋਇਆ ਉਤਪਾਦ ਬਣਾਉਣ ਸੰਬੰਧੀ ਹੋਰ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਈ। ਇਸ ਤੋਂ ਇਲਾਵਾ ਡਾਕਟਰ ਸਵਾਮੀਨਾਥਨ ਨੇ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਕਿਸਾਨ ਨੂੰ ਯੂਨੀਵਰਸਿਟੀ ਵਿੱਚ ਆਪਣੇ ਸੋਇਆ ਉਤਪਾਦ ਵੇਚਣ ਲਈ ਬੂਥ ਮੁਹੱਈਆ ਕਰਵਾਇਆ ਜਾਵੇ। ਇਹ ਉਹਨਾਂ ਦੀ ਸਫਲਤਾ ਨਾਲ ਜੁੜਨ ਵਾਲਾ ਇੱਕ ਹੋਰ ਨਵਾਂ ਅਧਿਆਇ ਸੀ। ਯੂਨੀਵਰਸਿਟੀ ਵਿੱਚ ਇਹਨਾਂ ਉਤਪਾਦਾਂ ਪ੍ਰਤੀ ਜਾਗਰੂਕਤਾ ਹੋਣ ਕਾਰਨ ਉਹਨਾਂ ਦੇ ਇਸ ਧੰਦੇ ਨੂੰ ਕਾਫੀ ਹੁਲਾਰਾ ਮਿਲਿਆ ਅਤੇ ਉਹਨਾਂ ਦਾ ਵਪਾਰ ਕਾਫੀ ਚੱਲ ਨਿਕਲਿਆ। ਇਸ ਸਮੇਂ ਉਹ ਇਸ ਬੂਥ ਤੋਂ ਹਰ ਰੋਜ਼ 400 ਤੋਂ 500 ਸੋਇਆ ਫਲੇਵਰਡ ਮਿਲਕ ਦੇ ਪੈਕਟ, 80 ਤੋਂ 100 ਕਿਲੋ ਪਨੀਰ, ਸੋਇਆ ਆਟਾ, ਨਮਕੀਨ ਅਤੇ ਸਨੈਕਸ ਵੇਚ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਉਹ ਆਪਣੇ ਖੇਤਾਂ ਵਿੱਚ ਹੋਰ ਸਬਜ਼ੀਆਂ ਉਗਾ ਕੇ ਅਤੇ ਉਹਨਾਂ ਤੋਂ ਅਚਾਰ ਬਣਾ ਕੇ ਵੇਚਣਗੇ। ਉਹਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਇਸ ਲਈ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਇਲਾਵਾ ਚੌਧਰੀ ਚਰਨ ਸਿੰਘ ਸਟੇਟ ਅਵਾਰਡ ਅਤੇ ਹਿਸਾਰ ਯੂਨੀਵਰਸਿਟੀ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਅਖੀਰ ਵਿੱਚ ਉਹਨਾਂ ਨੇ ਨੌਜਵਾਨ ਕਿਸਾਨਾਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਆਧੁਨਿਕ ਯੁੱਗ ਤਕਨੀਕੀ ਯੁੱਗ ਹੈ, ਜੇ ਉਹ ਇਸ ਖੇਤੀ ਪ੍ਰੋਸੈਸਿੰਗ ਧੰਦੇ ਨੂੰ ਅਪਣਾਉਣ ਤਾਂ ਉਹ ਦੂਜੀ ਹਰੀ ਕ੍ਰਾਂਤੀ ਦਾ ਮੁੱਢ ਬਣ ਸਕਦੇ ਨੇ। ਬਿਲਕੁਲ ਜੀ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਸਾਡੇ ਪਿੰਡਾਂ 'ਚ ਰੁਜ਼ਗਾਰ ਦੇ ਬੇਸ਼ੁਮਾਰ ਵਸੀਲੇ ਉਪਲਬਧ ਨੇ, ਕਿਉਂਕਿ ਅਸੀਂ ਧਰਤੀ ਨਾਲ ਜੁੜੇ ਹਾਂ ਅਤੇ ਸਾਡੀ ਧਰਤੀ ਕੋਲ ਇੰਨਾ ਕੁ ਗਹਿਣਾ ਹੈ ਕਿ ਸਾਡੇ ਪਿੰਡਾਂ ਦੇ ਰੁਜ਼ਗਾਰ ਬਹੁਤ ਜ਼ਿਆਦਾ ਪ੍ਰਫੁੱਲਤ ਹੋ ਸਕਦੇ ਨੇ। ਸਾਡੇ ਨੌਜਵਾਨ ਵੀਰ ਭੈਣਾਂ ਇਹ ਰੁਜ਼ਗਾਰ ਦੇ ਵਸੀਲਿਆਂ ਦੇ ਨਾਲ ਲਾਹਾ ਲੈ ਕੇ ਆਪਣੇ ਇਲਾਕੇ ਦਾ ਵਿਕਾਸ ਕਰ ਸਕਦੇ ਨੇ। ਔਰ ਇਹੋ ਹੀ ਚੀਜ਼ਾਂ ਲੈ ਕੇ ਅਸੀਂ ਤੁਹਾਡੇ ਰੂਬਰੂ ਕਰਨੇ ਆ ਇਹੋ ਜਿਹੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਪਿੰਡਾਂ ਦੇ ਵਿੱਚੋਂ ਰੁਜ਼ਗਾਰ ਦੇ ਵਸੀਲੇ ਲੱਭ ਕੇ ਇਲਾਕੇ ਵਿੱਚ ਖੁਸ਼ਬੂ ਖਿਲਾਰੀ ਹੈ। ਅਸੀਂ ਆਏ ਹਾਂ ਪਿੰਡ ਦੇਕਲਾਂ, ਜ਼ਿਲ੍ਹਾ ਸੰਗਰੂਰ 'ਚ। ਇਹ ਫਾਰਮ ਹੈ ਸਰਦਾਰ ਬਚਿੱਤਰ ਸਿੰਘ ਗਰਚਾ ਦਾ। ਇਹਨਾਂ ਨੇ ਪਿੰਡਾਂ ਦੇ ਵਿੱਚ ਉਹ ਰੁਜ਼ਗਾਰ ਦੇ ਵਸੀਲੇ ਲੱਭੇ ਨੇ ਜਿਨ੍ਹਾਂ ਨੂੰ ਕਰਕੇ ਸਾਡੇ ਨੌਜਵਾਨ ਵੀਰ, ਨੌਜਵਾਨ ਭੈਣਾਂ ਆਪਣੇ ਇਲਾਕੇ ਦੀ ਤਰੱਕੀ 'ਚ ਆਪਣਾ ਸ਼ਾਨਾ ਬਸ਼ਾਨਾ ਰੋਲ ਅਦਾ ਕਰ ਸਕਦੇ ਨੇ। ਇਹਨਾਂ ਨੂੰ ਮਿਲਣੇ ਹਾਂ ਅਤੇ ਇਹਨਾਂ ਨੂੰ ਪੁੱਛਦੇ ਹਾਂ ਕਿ ਕਿਹੜੇ ਰੁਜ਼ਗਾਰ ਦੇ ਸਾਧਨ ਇਹਨਾਂ ਨੇ ਅਪਣਾਏ ਨੇ ਜਿਹੜੇ ਕਿ ਅਸੀਂ ਵੀ ਅਪਣਾ ਸਕਦੇ ਹਾਂ, ਕਿਉਂਕਿ ਅਸੀਂ ਵੀ ਪਿੰਡਾਂ 'ਚ ਰਹਿੰਦੇ ਹਾਂ, ਅਸੀਂ ਵੀ ਧਰਤੀ ਨਾਲ ਜੁੜੇ ਹੋਏ ਹਾਂ। ਮੇਰੇ ਨਾਲ ਖੜੇ ਨੇ ਗਰਚਾ ਸਾਹਿਬ। ਗਰਚਾ ਸਾਹਿਬ, ਗੱਲ ਆਉਂਦੀ ਹੈ ਕਿ ਜੇ ਅਸੀਂ ਆਪਣੇ ਪਿੰਡਾਂ ਵੱਲ ਝਾਤ ਮਾਰੀਏ ਅਤੇ ਇੱਕ ਸਾਡੀ ਸਮਾਜਿਕ ਸਮੱਸਿਆ ਸਾਡੇ ਪਿੰਡਾਂ 'ਚ ਬਹੁਤ ਜ਼ਿਆਦਾ ਘਰ ਘਰ ਗਈ ਹੈ ਕਿ ਸਾਡੇ ਨੌਜਵਾਨ ਵੀਰ ਭੈਣਾਂ ਨੂੰ ਬਾਹਰ ਜਾਣ ਦਾ ਭੂਤ ਸਵਾਰ ਹੋ ਗਿਆ। ਪੜ੍ਹ ਲਿਖ ਕੇ ਆਪਾਂ ਕਹਿੰਦੇ ਹਾਂ ਜੀ ਆਪਾਂ ਖੇਤੀ ਨਹੀਂ ਕਰਨੀ, ਆਪਾਂ ਕੋਈ ਰੁਜ਼ਗਾਰ ਦੇ ਸਾਧਨ ਸਾਡੇ ਕੋਲ ਹੈ ਨਹੀਂ, ਆਪਾਂ ਮਨ 'ਚ ਵੈਸੀ ਗੱਲ ਕਰ ਛੱਡਣੇ ਹਾਂ। ਸੋ ਤੁਸੀਂ ਨਵੀਆਂ ਲੀਹਾਂ ਪਾਈਆਂ, ਨਵੇਂ ਰਸਤੇ ਲੱਭੇ ਨੇ, ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਕਿ ਸਾਡੇ ਉਹ ਨੌਜਵਾਨ ਵੀਰਾਂ ਨੂੰ ਜਿਨ੍ਹਾਂ ਵਾਸਤੇ ਤੁਸੀਂ ਜਿਹੜਾ ਤੁਸੀਂ ਖੇਤੀ ਦੇ ਵਿੱਚੋਂ ਰੁਜ਼ਗਾਰ ਦੇ ਵਸੀਲਿਆਂ ਦੀ ਆਪਾਂ ਗੱਲ ਕਰਨੇ ਹਾਂ? ਗੁਲਾਟੀ ਸਾਹਿਬ, ਪਹਿਲਾਂ ਤਾਂ ਮੈਂ ਤੁਹਾਨੂੰ ਇੱਥੇ ਆਇਆਂ ਦੇ ਜਿਵੇਂ ਕਹਿੰਦਾ ਗਰੀਬ ਦੀ ਕੁੱਲੀ 'ਚ ਚਰਨ ਪਾਏ ਨੇ, ਅਤੇ ਮੈਂ ਰੁਜ਼ਗਾਰ ਵਾਲੀ ਤਾਂ ਕੋਈ ਗੱਲ ਨਹੀਂ ਵੀ ਪਿੰਡਾਂ ਦੇ ਵਿੱਚ ਰੁਜ਼ਗਾਰ ਨਹੀਂ ਹੈਗਾ, ਪਰ ਰੁਜ਼ਗਾਰ ਕਰਨ ਵਾਲਾ ਹੋਵੇ। ਅੱਜ ਮੈਂ ਦੇਖਿਆ ਵੀ ਜੇ ਅਸੀਂ ਅੱਜ ਲੇਬਰ ਵਾਲੇ ਕੋਲ ਜਾਂਦੇ ਹਾਂ ਵੀ ਸਾਡੇ ਯਾਰ ਅੱਜ ਅਸੀਂ ਤੈਨੂੰ 3,000 ਦੇਣੇ, ਤੈਨੂੰ 2,000 ਦੇਣੇ, 5,000 ਲੈਂਦੇ ਹਾਂ ਵੀ ਤੂੰ ਪਰ ਸਾਡੇ ਵਾਲੇ ਕੰਮ ਕਰ, ਪਰ ਸਾਡੇ ਪਿੰਡਾਂ ਦੇ ਵਿੱਚ ਲੋਕ ਸਾਡੇ ਹੀ ਮੁੰਡੇ ਸਾਡੇ ਕੋਲੋਂ ਸ਼ਰਮ ਮਹਿਸੂਸ ਕਰਦੇ ਨੇ ਵੀ ਅਸੀਂ ਇਹ ਕੰਮ ਨਹੀਂ ਕਰਨਾ, ਅਸੀਂ ਸ਼ਹਿਰ ਤਾਂ ਕੰਮ ਕਰਨ ਚਲੇ ਜਾਵਾਂਗੇ। ਪਰ ਹੁਣ ਤੁਸੀਂ ਦੇਖੋ ਵੀ ਇੱਥੇ ਤੁਸੀਂ ਅੰਦਰ ਮੇਰੇ ਦੇਖ ਹੀ ਲਿਆ ਆਉਣਾ ਵੀ ਮੇਰੇ ਕੋਲ ਇਸ ਵੇਲੇ 5 ਮੁੰਡੇ ਅੰਦਰ ਕੰਮ ਕਰਦੇ ਨੇ, 4 ਮੁੰਡੇ ਬਾਹਰ ਮਾਰਕੀਟ ਦੇ ਵਿੱਚ ਹੈਗੇ ਨੇ। ਮੈਂ ਇੱਥੇ ਸੋਇਆ ਦੁੱਧ, ਸੋਇਆ ਪਨੀਰ, ਸੋਇਆ ਨਟਸ, ਸੋਇਆ ਆਟਾ, ਹੋਰ ਕੀ ਚੀਜ਼ਾਂ ਅਸੀਂ ਇਹਦੀਆਂ ਬਣਾਉਂਦੇ ਹੈਗੇ ਹਾਂ ਅਤੇ ਮੁੰਡਿਆਂ ਨੂੰ ਰੁਜ਼ਗਾਰ ਦਿੱਤਾ ਹੈ। ਆਹ ਕੋਲ ਤੁਹਾਡੇ ਸਾਹਮਣੇ ਲੇਡੀਜ਼ ਵੀ ਕੰਮ ਕਰ ਰਹੀਆਂ ਨੇ। ਬਿਲਕੁਲ ਜੀ, ਗੱਲ ਹੈ ਕਿ ਜਦੋਂ ਅਸੀਂ ਰੁਜ਼ਗਾਰ ਦੀ ਗੱਲ ਕਰਨੇ ਹਾਂ, ਬਿਲਕੁਲ ਜਦੋਂ ਅਸੀਂ ਰੁਜ਼ਗਾਰ ਦੀ ਗੱਲ ਕਰਨੇ ਹਾਂ ਤਾਂ ਇਹ ਗੱਲ ਬਿਲਕੁਲ ਸਾਫ ਸਪਸ਼ਟ ਹੈ ਕਿ ਸਾਡੇ ਪਿੰਡਾਂ 'ਚ ਜੇ ਅਸੀਂ ਕੋਈ ਨਾ ਕੋਈ ਖੇਤੀ ਵਾਲਾ ਧੰਦਾ ਅਪਣਾਉਂਦੇ ਹਾਂ ਤਾਂ ਇਹ ਧੰਦੇ ਦੇ ਨਾਲ ਹੋਰ ਬਹੁਤ ਸਾਰੇ ਸਾਧਨ ਨਾਲ ਜੁੜਦੇ ਨੇ ਜਿਹਦੇ ਨਾਲ ਆਲੇ ਦੁਆਲੇ ਲੋਕਾਂ ਨੂੰ ਵੀ ਰੁਜ਼ਗਾਰ ਮਿਲਦਾ। ਬਚਿੱਤਰ ਸਿੰਘ ਗਰਚਾ ਜੀ ਨੇ ਸੋਇਆਬੀਨ, ਯਾਨੀ ਕਿ ਇਹਨਾਂ ਗੱਲ ਕੀਤੀ ਸੋਇਆ ਮਿਲਕ, ਸੋਇਆ ਪਨੀਰ, ਕਾਫੀ ਕੁਛ ਨਾਂ ਨਾਲ ਲਏ ਨੇ। ਗੱਲ ਸੋਇਆਬੀਨ ਦੀ ਚੱਲੀ ਹੈ, ਸੋਇਆਬੀਨ ਇੱਕ ਦਾਲ ਹੈ। ਸੋਇਆਬੀਨ ਦੀ ਗੱਲ ਆਪਾਂ ਕਰੀਏ ਤਾਂ ਸੋਇਆਬੀਨ ਬਤੌਰ ਸਬਜ਼ੀ, ਬਤੌਰ ਦਾਲ ਬਾਰੇ ਤਾਂ ਸੁਣਿਆ, ਲੇਕਿਨ ਤੁਸੀਂ ਗੱਲਾਂ ਕੀਤੀਆਂ ਸੋਇਆ ਮਿਲਕ ਦੀਆਂ, ਸੋਇਆ ਪਨੀਰ ਦੀਆਂ, ਇਹਦੇ ਬਾਰੇ ਥੋੜ੍ਹਾ ਦੱਸੋ ਵੀ ਇਹ ਰਸਤਾ ਤੁਸੀਂ ਅਪਣਾਇਆ, ਇਹਦੇ ਵਿੱਚ ਰੁਜ਼ਗਾਰ ਦੇ ਵਸੀਲੇ ਤੁਸੀਂ ਲੱਭੇ, ਆਪਣੇ ਇਲਾਕੇ 'ਚ ਕੰਮ ਕਰ ਰਹੇ ਹੋ, ਇਹ ਕਿਵੇਂ ਫੁਰਨਾ ਫੁਰਿਆ ਔਰ ਸੋਇਆਬੀਨ ਹੀ ਕਿਉਂ ਫੁਰਿਆ, ਕੋਈ ਹੋਰ ਵਸਤ ਕਿਉਂ ਨਹੀਂ ਤੁਸੀਂ ਚੁਣੀ? ਕਿਉਂਕਿ ਜਦੋਂ ਅਸੀਂ ਸਾਧਨ ਦੀ ਗੱਲ ਕਰਨਾ ਤਾਂ ਬਹੁਤ ਚਮਾਰ ਸਾਧਨ ਅਜਿਹੇ ਹੋਣਗੇ ਜਿਹੜੇ ਕਿ ਸਾਡੇ ਆਦ ਵਾਲੇ ਘੁੰਮਦੇ ਹੋਣਗੇ, ਸਾਨੂੰ ਕਈ ਵਾਰ ਪਤਾ ਨਹੀਂ ਹੁੰਦਾ। ਸੋ ਤੁਸੀਂ ਇਸ ਪਾਸੇ ਕਿਵੇਂ ਤੁਰੇ? ਮੈਂ ਜਿੰਨੇ ਵੀ ਕੰਮ ਕੀਤੇ ਅੱਜ ਤੱਕ ਟੋਪ ਦੇ ਕੀਤੇ ਨੇ, ਜਿਸ ਤਰ੍ਹਾਂ ਕਿ ਮੈਂ ਇਹ ਕਿਉਂ ਲੱਭਿਆ, ਮੈਨੂੰ ਕਿਉਂ ਲੱਭਣ ਦਾ ਰਸਤਾ ਪਿਆ ਸੋਇਆਬੀਨ ਦਾ, ਅਤੇ ਮੈਂ ਸੰਨ 1999 ਤੋਂ ਲੈ ਕੇ 2004 ਤੱਕ ਮੈਨੂੰ ਆਲੂਆਂ 'ਚੋਂ ਇੰਨਾ ਕੁ ਘਾਟਾ ਪੈ ਚੁੱਕਿਆ ਸੀਗਾ ਕਿ ਮਤਲਬ ਮੈਨੂੰ ਆਪਣੀ ਸਾਰੀ ਪ੍ਰੋਪਰਟੀ ਐਟ ਏ ਟਾਈਮ ਵੀ ਸਾਨੂੰ ਵੇਚਣੀ ਪਈ। ਜੇ ਮੈਂ ਨਾ ਵੇਚਦਾ ਸ਼ਾਇਦ ਅੱਜ ਮੈਂ ਤੁਹਾਡੇ ਵਿੱਚ ਨਾ ਹੁੰਦਾ। ਕਾਰਨ ਕਿ ਜਿੰਨਾ ਮੇਰੇ ਕੋਲ 18,000 ਬੋਰੀ ਕੋਲਡ ਸਟੋਰ ਦੇ ਵਿੱਚ 4 ਸਾਲ 'ਚ ਮੇਰੀ ਰਹਿ ਗਈ, ਉਹ ਜਿਹੜੀ 18,000 ਬੋਰੀ ਕੋਲਡ ਸਟੋਰ 'ਚ ਰਹਿ ਗਈ, ਤੁਸੀਂ ਹਿਸਾਬ ਲਾ ਲਓ ਕਿੰਨੇ ਕਰੋੜ ਦੀ ਹੋਣੀ ਆ, ਅਤੇ ਇੱਕ ਕਿਸਾਨ ਨੂੰ ਕਰੋੜ ਕੁ ਦਾ ਘਾਟਾ ਪੈ ਜਾਵੇ ਤਾਂ ਉਹਦਾ ਹਾਲ ਕੀ ਹੋਏਗਾ? ਪਰ ਮੈਂ ਇਸ ਗੱਲ ਤੋਂ ਡਰਿਆ ਨਹੀਂ, ਮੈਂ ਇਸ ਗੱਲ ਤੋਂ ਘਬਰਾਇਆ ਨਹੀਂ। ਔਰ ਮੇਰੇ ਨਾਲ ਜਿਹੜੇ ਬੰਦੇ ਕਿਸਾਨ ਹੋਰ ਆਲੂਆਂ ਦਾ ਕੰਮ ਕਰਦੇ ਸੀ ਉਹ ਮੇਰਾ ਖਿਆਲ ਅੱਜ ਸੱਚਖੰਡ ਜਾ ਚੁੱਕੇ ਨੇ, ਕਿਉਂਕਿ ਇੰਨਾ ਘਾਟਾ ਸਹਿਣਾ ਬੜਾ ਔਖਾ। ਜਿਹੜੇ ਮੇਰੇ ਨਾਲ ਵਪਾਰੀ ਬੰਦੇ ਵੀ ਸੀਗੇ ਉਹ ਵੀ ਅੱਜ ਜਾ ਚੁੱਕੇ ਨੇ, ਪਰ ਮੈਂ ਇੱਕ ਆਪਣੇ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਇਸ ਤੋਂ ਡਰਿਆ ਨਹੀਂ। ਮੈਂ ਸਾਰੀ ਪ੍ਰੋਪਰਟੀ ਵੇਚਣੀ ਪਈ, ਚੰਗੀ ਵੇਚੀ, ਮੈਂ ਮਾੜੀ ਲੈ ਲਈ ਔਰ ਉਨੀ ਵੀ ਬਣਾ ਚੁੱਕੀ ਜਿੰਨੀ ਕਿ ਮੈਂ ਦਿੱਤੀ ਸੀਗੀ। ਉਸ ਤੋਂ ਬਾਅਦ ਕੀ ਹੋਇਆ, ਮੈਂ ਆਪਣੇ
ਸੋਚਿਆ ਵੀ ਮੈਨੂੰ ਘਾਟਾ ਹੀ ਬਹੁਤ ਪੈ ਚੁੱਕਿਆ ਵੀ ਮੈਂ ਇਹਦਾ ਕੀ ਹੱਲ ਲੱਭਾਂ। ਮੈਨੂੰ ਸੋਇਆਬੀਨ ਦਾ ਦੁੱਧ ਬਾਰੇ ਪਤਾ ਲੱਗਿਆ ਅਖਬਾਰਾਂ ਦੇ ਵਿੱਚ ਇਹਦਾ। ਦਿੱਲੀ ਮੈਂ ਇੱਕ ਐਗਜੀਬਿਸ਼ਨ 'ਤੇ ਗਿਆ, ਜਦੋਂ ਦਿੱਲੀ ਐਗਜੀਬਿਸ਼ਨ 'ਤੇ ਗਿਆ ਤਾਂ ਉੱਥੇ ICR ਭੋਪਾਲ ਵਾਲਿਆਂ ਦੀ ਸਟਾਲ ਲੱਗੀ ਸੀ, ਉਹ ਮੈਂ ਸਟਾਲ ਦੇਖੀ ਤਾਂ ਉਹ ਸਟਾਲ 'ਤੇ ਮੈਂ ਪੁੱਛਿਆ ਵੀ ਇਹਦਾ ਕੀ ਕਰਦੇ, ਉਹ ਮੈਨੂੰ ਦੱਸਣ ਲੱਗੇ ਵੀ ਅਸੀਂ ਇਹਦਾ ਦੁੱਧ ਅਤੇ ਪਨੀਰ ਬਣਾਉਂਦੇ ਹਾਂ। ਮੈਂ ਹਜੇ ਇਹਦੀ ਟ੍ਰੇਨਿੰਗ ਕਦੋਂ ਸ਼ੁਰੂ ਹੁੰਦੀ ਆ, ਅਤੇ ਉਹ ਕਹਿੰਦੇ ਵੀ ਤੁਹਾਨੂੰ ਅਸੀਂ ਅਗਲੇ ਮਹੀਨੇ ਇਹਦੀ ਲੈਟਰ ਪਾ ਦਿਆਂਗੇ ਵੀ ਤੁਸੀਂ ਉਹ ਲੈਟਰ ਦੇ ਮੁਤਾਬਕ ਆ ਜਾਓ। ਉਸ ਤੋਂ ਬਾਅਦ ਕੀ ਹੋਇਆ, ਸੰਨ 2002 ਦੇ ਵਿੱਚ ਮੈਂ ਆਪਣੇ ਖੇਤ ਦੇ ਵਿੱਚ ਜੀਰੋ ਟਿਲਰ ਅਪਣਾਈ ਸੀਗੀ, ਜਿਹੜੀ ਕਿ ਮਹਿਕਮਾ ਐਗਰੀਕਲਚਰ ਦੇ PAU ਵੱਲੋਂ ਰਿਕਮੈਂਡਡ ਸੀਗੀ, ਅਤੇ ਮੈਂ ਉਹ ਇੱਥੇ ਜਦੋਂ ਅਪਣਾਈ ਤਾਂ ਅਪਣਾਉਣ ਤੋਂ ਬਾਅਦ ਜਿੰਨੀਆਂ ਹਿੰਦੁਸਤਾਨ ਦੀਆਂ ਐਗਰੀਕਲਚਰ ਯੂਨੀਵਰਸਿਟੀਆਂ ਜਾਂ ਯੂਨੀਵਰਸਿਟੀ ਦੇ ਨਾਲ ਰਿਲੇਟਡ ਮਹਿਕਮੇ ਸਨ, ਸਾਰਿਆਂ ਦੇ ਡਾਇਰੈਕਟਰ ਇੱਥੇ ਮੇਰੇ ਫਾਰਮ 'ਤੇ ਆਏ, ਜਿਹਦੇ ਵਿੱਚ ICR ਭੋਪਾਲ ਦਾ ਡਾਇਰੈਕਟਰ MM ਪਾਂਡੇ ਵੀ ਮੌਜੂਦ ਸੀ, ਜਿਨ੍ਹਾਂ ਤੋਂ ਮੈਂ ਇਹ ਟ੍ਰੇਨਿੰਗ ਲੈ ਕੇ ਆਇਆ। ਸੋ ਗੱਲ ਹੈ ਕਿ ਗੱਲ ਸਿਖਲਾਈ ਦੀ ਵੀ ਹੁੰਦੀ ਹੈ, ਜਦੋਂ ਅਸੀਂ ਨਵੀਆਂ ਰਾਹਾਂ ਲੱਭਣੇ ਆ ਅਤੇ ਅਗਰ ਸਿਖਲਾਈ ਸਹੀ ਮਿਲ ਜਾਵੇ, ਸਹੀ ਤੁਹਾਨੂੰ ਰਸਤਾ ਮਿਲ ਜਾਵੇ ਤਾਂ ਬੰਦਾ ਫਿਰ